ਨਾਜ਼ਰੀਨ ਪਟਵਾ ਡਾਟ ਕੌਮ ਦੀ ਤਰਫੋਂ ਅਸਲਾਮ ਵਾਲੇਕੁਮ। ਅਸਾਂ ਸੈਰ ਨਾਲ ਸਿਲਸਿਲਾ ਜਾਰੀ ਰੱਖਿਆ ਜੀ। ਅਸਾਂ ਇਸ ਵਕਤ ਹਾਂ ਜੀ ਤਲ ਖਾਲਸਾ ਕੱਲਰ ਸਜਦਾ ਤੋਂ ਕੋਈ ਤਕਰੀਬਨ 3-4 ਕਿਲੋਮੀਟਰ ਨੇ ਫਾਸਲੇ ਪਰ ਜੀ ਜਰੂਰ ਨਹੀਂ ਤਰਫ ਕਿੱਥੇ ਨਹੀਂ ਆਏ ਤੁਸੀਂ ਸੈਰ ਕਰਾਉਣੀ ਹੈ ਜੀ। ਕਿਆ ਨਾਂ ਜੀ ਤੁਸਾਂ ਨਾ? ਅਰਸ਼ਦ। ਕਿਆ ਕੰਮ ਕਰਨੇ ਹੋ? ਕਿਤਨੀਆਂ ਰੱਖੀਆਂ ਨੇ? ਪਾਣੀਆਂ ਸ਼ਾਣੀਆਂ ਚੱਕਰ 'ਤੇ ਹੋਣਾ, ਦੁੱਧ ਵੈਸੇ ਹੀ ਪਾਣੀ ਹੋਣਾ ਜੀ।
ਤੁਸੀਂ ਨਾਂ ਕਿਹਾ ਜੀ? ਅਰਸ਼ਦ ਮਾਮੂਦ। ਤੁਸੀਂ ਲੱਗੇ ਮੁਲਾਕਾਤ ਹੋਈ ਪਹਿਲੇ ਵੀਡੀਓ ਜੀ, ਤੇ ਕੀ ਕਾਰੋਬਾਰ ਸ਼ੇਅਰ ਕਰਨੇ ਹੋ ਤੁਸੀਂ? ਮਾੜਾ ਕਾਰੋਬਾਰ ਹੀ ਹੈ, ਮੰਜੀ ਤਾਜ਼ੀਆਂ ਨਾ ਵੇਚਣਾ, ਦੁੱਧ ਜਿਹੜਾ ਮੰਜੀ ਕਿੱਥੇ ਘਰ ਦੇ ਦੁੱਧ ਲਾਈ ਕਿੰਨਾ ਸ਼ਹਿਰ ਖੰਨਾ ਵੇਚਣਾ। ਅੱਛਾ, ਇਸ ਨੇ ਮਤਲਬ ਵਪਾਰੀ ਵੀ ਹੋ? ਲਾਂਗ ਚਾਹ ਕੇ ਨਿਆ ਨਾ ਮੰਡੀਆਂ ਚ ਫਿਰ ਉਹ ਕਰਵਾਉਣੀਆਂ ਤਿਆਰ ਕਰੀ ਵੇਚਣਾ। ਗਾਂ ਵੀ ਤੁਸੀਂ ਮਾਸ਼ਾਅੱਲਾ ਬੜੀ ਜੀ ਅਲਮ ਸੂਕਰ ਬੜੀ ਚੰਗੀ ਗਾਂ ਬੜੀ ਗਾਲੀ ਹੈ। ਅੱਛਾ, ਇਹ ਕੀ ਹੋਣਾ ਜੀ ਕਿ ਜਿਹੜਾ ਦੁੱਧ ਵੇਚਨੇ ਉਹ ਮਾਜ਼ਰਤ ਨਾਲ ਲੈ ਤੁਸੀਂ ਨੂੰ ਪੁੱਛਾਂ ਕਿ ਮਿਸਾਲ 80 ਰੁਪਏ ਕਿਲੋ ਦੁੱਧ ਆ ਜਿਹੜਾ ਖਾਲਸ ਆ, ਮਤਲਬ ਜਿਹੜਾ ਕੱਟਾ ਵੀ ਨਹੀਂ ਪੀ ਸਕਦਾ। ਕੱਟਾ ਨਹੀਂ ਪੀ ਮਤਲਬ ਹੁਣ ਆਣੇ ਪਹਿਲਵਾਨਾਂ ਸੇ ਕੱਟਾ ਖਾਲਸ ਪੀਣਾ ਜੀ। ਹਾਂ, ਉਹ ਗਰੀਬੀ ਦੌਰ ਆ, ਕੱਟੀਆਂ ਕੱਟੇ ਕੋ ਨਹੀਂ ਲੋਕ ਲਾਉਣੇ, ਸਾਰਾ ਚੋਈ ਕਿੰਨੇ ਵੇਚਨੇ ਮਾਰੇ ਪਤਾ ਹੈ ਨਾ। ਖਾਲ ਨਾ ਆਣੇ ਨੂੰ ਉਸਨੇ ਵਿੱਚ ਹੋਣਾ 80 ਰੁਪਏ ਦਾ ਖਾਲਸ, 70 ਰੁਪਏ ਦਾ ਥੋੜਾ ਜਿਹਾ ਪਾਣੀ, ਜਿਹੜੀ ਮੈਂ ਜ਼ਿਆਦਾ ਪਾਣੀ ਪੀਏ 70 ਨਾ, ਤੇ ਜਿਹੜੀ ਉਸਨੇ ਜ਼ਿਆਦਾ ਪੀਏ ਫਿਰ ਉਹ 60 ਨਾ। ਮੰਜੀ ਪਾਣੀ ਪੀਣੀ ਜਾਂ ਬਾਟੀ ਪਾਣੀ ਆ, ਇਹ ਕੋਈ ਇਸਨੇ ਵਿੱਚ ਦੱਸੋ ਕੋਈ ਅਸਾਂ ਜੀ। ਇਹ ਮੰਜੀਆਂ ਕੀ ਕਈ ਲੋਕ ਜ਼ਿਆਦਾ ਪਾਣੀ ਲਾਉਣੇ ਨਾ, ਖਾਲ ਛੱਡ ਜ਼ਿਆਦਾ ਬਹੁਤ ਮੰਜ ਪਾਣੀ ਢਹੀ ਪੈਣੀ ਉਹ ਜ਼ਿਆਦਾ ਪੀਣੀ, ਤੇ ਜਿਹੜੇ ਰਾਸ਼ਨ ਇੱਕ ਕਰ ਲਵੇ ਕਾ ਪੱਤਰ ਬਾਣਨਾ, ਫਿਰ ਉਹ ਮੰਜੀ ਥੋੜਾ ਪਾਣੀ ਪੀਣੀਆਂ ਨਾ ਯਾਰ, ਪਾਣੀ ਛਾਣੀ ਕੋ ਨਹੀਂ ਆਉਣਾ। ਐਵੇਂ ਲੋਕ ਜਿਹੜਾ ਨਾ ਇੱਕ ਬੰਦਾ ਆਉਣੇ ਆਉਣੇ ਦਰਿਆ 'ਚ ਇੱਕ ਮੰਜੀ ਮੱਛੀ ਗੱਜਣੀ ਵੈਤ ਸਾਰੀਆਂ ਹੀ ਲੋਕ ਆਖਣੇ ਇਸ ਤਰ੍ਹਾਂ। ਨਹੀਂ ਹੁਣ ਮੱਛੀ ਨਹੀਂ ਗੱਲ ਆਈ, ਤੂੰ ਕਈ ਜਗ੍ਹਾ ਜਿਹੜਾ ਨਾ ਦੁੱਧ ਜੂ ਮੱਛੀ ਨਿਕਲੀ ਜਾਂ ਮੰਜੀ ਕੋਈ ਮੱਛੀਆਂ ਖਾਣੀ ਜਾਂ ਕਹਿ ਉਹ ਚੱਕਰ ਪਾਰੀ ਲੋਕ ਹੀ ਮੰਜੀਆਂ ਚਾਹੀਦੇ ਨੇ ਮੱਛੀਆਂ, ਤੇ ਫਿਰ ਉਹ ਦੁੱਧ ਵਾਲੇ ਦਾ ਉਧਰ ਚਲੀ ਜਾਂਦੇ ਚੱਲਣ ਜੀ। ਵੈਰੀ ਗੁੱਡ, ਵੈਸੇ ਜਿਹੜੀ ਇਹ ਤੁਸੀਂ ਗੱਲ ਕੀਤੀ ਨਾ, ਮੈਂ ਵੀ ਬੜਾ ਜ਼ਮਾਨਾ ਫਿਰਿਆ, ਕੁੱਟੀ ਤੇ ਮੰਜੀ ਮੱਛੀ ਖਲਾਣੇ ਤੇ ਮੱਛੀ ਦੁੱਧ ਚ ਨਿਕਲੀ। ਵੈਰੀ ਗੁੱਡ, ਬਹੁਤ ਸ਼ੁਕਰੀਆ ਜੀ, ਤੁਸਾਂ ਨਾਲ ਬੜਾ ਅੱਛਾ ਵਕਤ ਗੁਜ਼ਰਿਆ ਜੀ, ਜਿਹੜਾ ਥੋੜਾ ਬਹੁਤਾ ਜੀ ਤਲ ਖਾਲਸਾ ਵਾਲਿਆਂ ਨਾਲ ਮਾਸ਼ਾਅੱਲਾ ਬੜੇ ਅੱਛੇ ਆਦਮੀ ਜੀ।
ਹੋਈ।